ਇੱਕ ਦਿਨ ਪਹਿਲਾਂ ਹੀ ਗੱਲ ਹੋਈ ਸੀ, ਲਾਸਟ ਵੀਡੀਓ ਕਾਲ ਹੋਈ ਸੀ ਸਾਡੀ, ਉਹਦੇ ਤੋਂ ਬਾਅਦ ਨਹੀਂ ਹੋਈ ਫਿਰ। ਕੀ ਗੱਲਾਂ ਕੀਤੀਆਂ ਤੁਸੀਂ ਮੰਨ ਲਓ ਆਖਰੀ ਵੇਲੇ ਦੋਨਾਂ ਭੈਣ ਭਰਾਵਾਂ? ਉਹ ਪ੍ਰੋਟੈਸਟ 'ਚ ਜਾਣ ਲਈ ਕਹਿੰਦਾ ਸੀਗਾ ਅਤੇ ਉਹ ਜ਼ਿੱਦ ਕਰਦਾ ਸੀ ਕਿ ਮੈਂ ਉੱਥੇ ਜਾਣਾ ਆ ਅਤੇ ਤੂੰ ਮੋਮ ਡੈਡ ਨੂੰ ਇੱਕ ਵਾਰੀ ਮੰਮਾ ਪਾਪਾ ਨਾਲ ਗੱਲ ਕਰ ਅਤੇ ਉਹਨਾਂ ਨੂੰ ਮਨਾ ਦੇ ਕਿ ਮੈਂ ਜਾਣਾ ਚਾਹੁੰਦਾ ਹਾਂ। ਅਤੇ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਲੱਗਿਆ ਦੋ ਕਾਲਸ ਦਾ, ਉਦੋਂ ਬਾਅਦ ਥਰਡ ਕਾਲ ਦਾ ਜਦੋਂ ਪਤਾ ਲੱਗਿਆ ਮੈਂ ਚੱਕੀ ਅਤੇ ਉਹ ਕਹਿੰਦਾ ਕਿ ਤੇਰਾ ਨਾਲ ਕੌਣ ਆ? ਮੈਂ ਕਿਹਾ ਮੇਰੀ ਫਰੈਂਡ ਹੈਗੀ ਆ, ਅਤੇ ਉਹ ਕਹਿੰਦੇ ਕਿ ਉਹਨਾਂ ਨਾਲ ਗੱਲ ਕਰਾ, ਅਸੀਂ ਗੱਲ ਕਰਨੀ ਆ। ਅਤੇ ਮੈਂ ਆਪਣੀ ਨਾਲ ਵਾਲੀ ਕੁੜੀ ਨਾਲ ਗੱਲ ਕਰਾਈ ਅਤੇ ਉਹਨਾਂ ਨੇ ਉਹਨੂੰ ਦੱਸਿਆ, ਪਰ ਉਹਨੇ ਮੈਨੂੰ ਦੱਸ ਨਹੀਂ ਪਾਈ। ਇੱਦਾਂ ਜਦੋਂ ਮੰਨ ਲਓ ਆਖਰੀ ਸੰਸਕਾਰ ਸੀਗਾ, ਹੈ ਨਾ, ਤੁਸੀਂ ਉੱਥੇ ਪਹੁੰਚ ਵੀ ਨਹੀਂ ਪਾਏ, ਹੈ ਨਾ, ਉਹ ਟਾਈਮਾਂ ਦੇ ਵਿੱਚ, ਅਤੇ ਕੀ ਮੰਨ ਲਓ ਮਜਬੂਰੀਆਂ ਰਹੀਆਂ, ਕਿਉਂ ਤੁਸੀਂ ਉੱਥੇ ਨਹੀਂ ਜਾ ਸਕੇ? ਕਿਉਂਕਿ ਨਵਰੀਤ ਦੇ ਨਾਂ 'ਤੇ ਬਹੁਤ ਵੱਡੇ ਵੱਡੇ ਆਪਾਂ ਕੇ ਇਕੱਠ ਕੀਤੇ ਗਏ, ਹੈ ਨਾ, ਪਰਿਵਾਰ ਨੂੰ ਜਿਹੜਾ ਹੈਗਾ ਸਪੋਰਟ ਕਰਨਾ, ਲੋਕ ਪਹੁੰਚੇ ਕਿ ਅੱਜ ਤੁਹਾਡੇ ਨਾਲ, ਮੰਨ ਲਓ ਤੁਹਾਡੇ ਪਰਿਵਾਰ ਨੂੰ ਕੋਈ ਸਪੋਰਟ ਕਰਦਾ, ਜਾਂ ਬਸ ਉਹ ਦਿਨਾਂ ਦੀਆਂ ਗੱਲਾਂ ਹੀ ਸੀਗੀਆਂ? ਪੰਜਾਬ ਦੇ ਵਿੱਚ ਕੋਈ ਮਾੜੀ ਜਿਹੀ ਘਟਨਾ ਵੀ ਹੁੰਦੀ ਤਾਂ ਉਹ ਸਾਰੇ ਦਾ ਸਾਰਾ ਪੋਤਲੇ ਫਰੋਲ ਦਿੰਦੇ ਆ ਸਾਰਿਆਂ ਦੇ ਸਾਰੇ। ਤੁਹਾਡੀ ਕੋਈ ਵੀਡੀਓ ਨਹੀਂ ਆਈ, ਨਾ ਕੋਈ ਕਿਸੇ ਨਾਲ ਇੰਟਰਵਿਊ ਆਈ, ਕੀ ਗੱਲ, ਤੁਸੀਂ ਇੰਟਰਵਿਊ ਦਿੱਤੇ ਨਹੀਂ ਜਾਂ ਤੁਹਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ? ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਮੌਜੂਦ ਹਾਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਵਿੱਚ, ਅਤੇ ਅੱਜ ਤੁਹਾਨੂੰ ਮੈਂ ਬੜੀ ਹੀ ਖਾਸ ਸਾਡੀ ਭੈਣ ਨਾਲ ਮਿਲਾਉਣ ਜਾ ਰਿਹਾ, ਜਿਹੜੇ ਕਿਸਾਨੀ ਅੰਦੋਲਨ ਦੇ ਸ਼ਹੀਦ ਆਪਾਂ ਗੱਲ ਕਰੀਏ ਨਵਰੀਤ ਸਿੰਘ ਡਿਬਡਵਾ, ਉਹਨਾਂ ਦੀ ਸਿਸਟਰ ਨੇ, ਉਹ ਇੱਥੇ ਰਹਿੰਦੇ ਨੇ, ਉਹਨਾਂ ਨੂੰ ਕਿਉਂਕਿ ਨਵਰੀਤ ਜਿਹੜਾ ਕਿਸਾਨੀ ਅੰਦੋਲਨ ਦਾ ਸ਼ਹੀਦ ਆ ਅਤੇ ਲਗਭਗ ਕਿਸਾਨੀ ਅੰਦੋਲਨ ਜਿੱਤੇ ਨੂੰ ਵੀ ਬਹੁਤ ਟਾਈਮ ਹੋ ਗਿਆ, ਹੈ ਨਾ, ਤਾਂ ਕਿਸ ਤਰ੍ਹਾਂ ਦੇ ਪਰਿਵਾਰ ਦੇ ਹਾਲਾਤ ਨੇ, ਕਿਸ ਤਰ੍ਹਾਂ ਉਹਨਾਂ ਨੇ ਇੱਥੇ ਸਰਵਾਈਵ ਕੀਤਾ, ਅੱਜ ਤੱਕ ਉਹ ਕਿਸੇ ਕੈਮਰੇ 'ਤੇ ਨਹੀਂ ਆਏ, ਅਤੇ ਮੈਂ ਆਪਣੀ ਬੇਨਤੀ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਕਿਹਾ ਕਿ ਤੁਸੀਂ ਜ਼ਰੂਰ ਆ ਕੇ ਆਪਦਾ ਜਿਹੜਾ ਦੁੱਖ ਸੌਖਾ ਆ ਜਿਹੜਾ ਕਿਸਾਨ ਭਰਾਵਾਂ ਨਾਲ ਸਾਂਝਾ ਕਰੋ। ਮੇਰੇ ਨਾਲ ਮੌਜੂਦ ਨੇ ਮਾਨਤ ਕੌਰ ਹੁੰਦਲ, ਜਿਹੜੇ ਕਿ ਸ਼ਹੀਦ ਨਵਰੀਤ ਡਿਬਡਵਾ ਦੇ ਰੀਅਲ ਸਿਸਟਰ ਨੇ, ਇਹ ਬਰੈਂਪਟਨ ਰਹਿੰਦੇ ਨੇ। ਮਾਨਤ, ਸਤਿ ਸ਼੍ਰੀ ਅਕਾਲ। ਮਾਨਤ, ਕੀ ਕੰਮ ਕਰਦੇ ਹੋ ਤੁਸੀਂ ਇੱਥੇ ਅਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਇਆ? ਇੱਥੇ ਆਏ ਨੂੰ ਮੈਨੂੰ 7 ਸਾਲ ਹੋ ਗਏ ਨੇ ਅਤੇ ਮੈਂ ਰਾਈਟ ਨਾਓ ਫਰੰਟ ਡੈਸਕ ਦੀ ਜੌਬ ਕਰਦੀ ਹਾਂ। ਜਿਹੜਾ ਆਪਾਂ ਕਹੀਏ ਤੁਹਾਡਾ ਬਚਪਣਾ ਨਵਰੀਤ ਦਾ, ਹੈ ਨਾ, ਕਿੱਦਾਂ ਦਾ ਸੀਗਾ ਅਤੇ ਤੁਹਾਡਾ ਮੰਨ ਲਓ ਆਖਰੀ ਵਾਰ ਭੈਣ ਭਰਾਵਾਂ ਦੀ ਕਦੋਂ ਗੱਲ ਹੋਈ? ਬਹੁਤ ਵਧੀਆ ਸੀਗਾ, ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ ਸ਼ੁਰੂ ਤੋਂ, ਜਦੋਂ ਬਚਪਨ 'ਚ ਆਪਾਂ ਇਕੱਠੇ ਜੰਮਦੇ ਹਾਂ ਪਲਦੇ ਹਾਂ, ਹੈ ਨਾ, ਕਾਫੀ ਸਾਰੀਆਂ ਮੈਮਰੀਜ਼ ਤੁਹਾਡੀਆਂ ਤੁਹਾਡੇ ਨਾਲ ਜੁੜਦੀਆਂ ਨੇ ਸਾਰੀ ਉਮਰ ਲਈ। ਅਤੇ ਆਪਾਂ ਲਾਸਟ ਮਿਲੇ ਵੀ ਕਾਫੀ ਟਾਈਮ ਹੋ ਗਿਆ ਸੀ, ਅਸੀਂ ਲਾਸਟ 2018 ਦੇ ਵਿੱਚ ਫੈਬਰੇਰੀ 'ਚ ਮਿਲੇ ਸੀ ਆਖਰੀ ਵਾਰ, ਅਤੇ ਉਹਦੇ ਨਾਲ ਗੱਲ ਵੈਸੇ ਫੋਨ 'ਤੇ ਤਾਂ ਆਲਮੋਸਟ ਐਵਰੀਡੇ ਹੋ ਹੀ ਜਾਂਦੀ ਹੁੰਦੀ ਸੀਗੀ, ਪਰ ਉਹਦੀ ਡੈਥ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਹੀ ਗੱਲ ਹੋਈ ਸੀ, ਲਾਸਟ ਵੀਡੀਓ ਕਾਲ ਹੋਈ ਸੀ ਸਾਡੀ, ਉਹਦੇ ਤੋਂ ਬਾਅਦ ਨਹੀਂ ਹੋਈ ਫਿਰ। ਕੀ ਗੱਲਾਂ ਕੀਤੀਆਂ ਤੁਸੀਂ ਮੰਨ ਲਓ ਆਖਰੀ ਵੇਲੇ ਦੋਨਾਂ ਭੈਣ ਭਰਾਵਾਂ ਨੇ? ਆਖਰੀ ਵੇਲੇ ਬਸ ਇਹੀ ਸੀ ਕਿ ਉਹ ਪ੍ਰੋਟੈਸਟ 'ਚ ਜਾਣ ਲਈ ਕਹਿੰਦਾ ਸੀਗਾ ਅਤੇ ਉਹ ਜ਼ਿੱਦ ਕਰਦਾ ਸੀ ਕਿ ਮੈਂ ਉੱਥੇ ਜਾਣਾ ਆ ਅਤੇ ਤੂੰ ਮੋਮ ਡੈਡ ਨੂੰ ਇੱਕ ਵਾਰੀ ਮੰਮਾ ਪਾਪਾ ਨਾਲ ਗੱਲ ਕਰ ਅਤੇ ਉਹਨਾਂ ਨੂੰ ਮਨਾ ਦੇ ਕਿ ਮੈਂ ਜਾਣਾ ਚਾਹੁੰਦਾ ਹਾਂ। ਉਹ ਥੋੜ੍ਹਾ ਡਰਦੇ ਸੀਗੇ ਮੰਮਾ ਪਾਪਾ ਕਿ ਉੱਥੇ ਸਾਰੇ, ਫਿਰ ਤੁਹਾਨੂੰ ਮਾਹੌਲ ਦਾ ਉੱਥੇ ਪਤਾ ਹੀ ਆ, ਹੈ ਨਾ, ਹੋ ਜਾਂਦਾ ਕੁਛ ਨਾ ਕੁਛ, ਅਤੇ ਉਹ ਡਰਦੇ ਸੀ ਥੋੜ੍ਹੇ, ਪਰ ਉਹਨੂੰ ਐਂ ਸੀਗਾ ਕਿ ਤੂੰ ਮਨਾਏਂਗੀ ਅਤੇ ਪਾਪਾ ਨੇ ਮੰਨ ਜਾਣਾ ਤੇਰੇ ਆਖੇ 'ਤੇ। ਅਤੇ ਮੈਂ ਕਿਹਾ ਕਿ ਚੱਲ ਕੋਈ ਗੱਲ ਨਹੀਂ, ਮੈਂ ਮਨਾ ਲੈਂਦੀ ਹਾਂ ਉਹਨਾਂ ਨੂੰ, ਬਸ ਆਹੀ ਲਾਸਟ ਦੀਆਂ ਗੱਲਾਂ। ਅਤੇ ਨਵਰੀਤ ਦੇ ਪਰਿਵਾਰ 'ਚ ਮੰਨ ਲਓ ਕੌਣ ਕੌਣ, ਮਤਲਬ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਸੀਗੇ? ਮੈਂ, ਮੰਮੀ, ਪਾਪਾ ਅਤੇ ਵੀਰਾ ਪਚਾਰੇ ਸੀ। ਅਤੇ ਮਤਲਬ ਜਿਹੜਾ ਨਵਰੀਤ ਮੈਰਿਡ ਸੀ? ਹਾਂਜੀ। ਜਦੋਂ ਨਵਰੀਤ ਸ਼ਹੀਦ ਹੁੰਦਾ, ਹੈ ਨਾ, ਤੁਹਾਨੂੰ ਕਦੋਂ ਪਤਾ ਲੱਗਦਾ? ਮੈਨੂੰ ਇੱਥੇ ਸਵੇਰੇ 4-5 ਕੁ ਵਜੇ ਉਹਦੇ ਫਰੈਂਡ ਦੀ ਕਾਲ ਆਉਂਦੀ ਆ, ਅਤੇ ਉਹ ਉਹਨੇ ਆਖਿਆ ਸੀਗਾ ਕਿ, ਮੈਨੂੰ ਲੱਗਿਆ ਕਿ ਮੇ ਬੀ ਕੋਈ ਲੋਡ ਹੋਊਗੀ ਵੀਰੇ ਨੂੰ, ਜਾਂ ਉਹਦਾ ਫੋਨ ਨਹੀਂ ਚੱਲ ਰਿਹਾ ਹੋਣਾ, ਤਾਂ ਕਰਕੇ ਉਹਨੇ ਕਿਸੇ ਤੋਂ ਕਾਲ ਕਰਾ ਰਿਹਾ ਆ।
ਅਤੇ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਲੱਗਿਆ ਦੋ ਕਾਲਸ ਦਾ, ਉਦੋਂ ਬਾਅਦ ਥਰਡ ਕਾਲ ਦਾ ਜਦੋਂ ਪਤਾ ਲੱਗਿਆ ਮੈਂ ਚੱਕੀ ਅਤੇ ਉਹ ਕਹਿੰਦਾ ਕਿ ਤੇਰਾ ਨਾਲ ਕੌਣ ਆ? ਮੈਂ ਕਿਹਾ ਮੇਰੀ ਫਰੈਂਡ ਹੈਗੀ ਆ, ਅਤੇ ਉਹ ਕਹਿੰਦੇ ਕਿ ਉਹਨਾਂ ਨਾਲ ਗੱਲ ਕਰਾ, ਅਸੀਂ ਗੱਲ ਕਰਨੀ ਆ, ਅਤੇ ਮੈਂ ਕਿਹਾ ਕਿ ਸਭ ਠੀਕ ਆ? ਉਹ ਕਹਿੰਦੇ ਹਾਂ ਹਾਂ ਸਾਰਾ ਕੁਛ ਠੀਕ ਆ, ਬਸ ਉਹਦੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਅਸੀਂ। ਅਤੇ ਮੈਂ ਆਪਣੇ ਨਾਲ ਵਾਲੀ ਕੁੜੀ ਨਾਲ ਗੱਲ ਕਰਾਈ ਅਤੇ ਉਹਨਾਂ ਨੇ ਉਹਨੂੰ ਦੱਸਿਆ, ਪਰ ਉਹਨੇ ਮੈਨੂੰ ਦੱਸ ਨਹੀਂ ਪਾਈ। ਫਿਰ ਉਦੋਂ ਬਾਅਦ ਮੈਨੂੰ 6 ਵਜੇ ਮੇਰੀ ਫਰੈਂਡ ਦਾ ਇੰਡੀਆ ਤੋਂ ਹੀ ਫੋਨ ਆਉਂਦਾ ਆ, ਫਿਰ ਉਹਨੇ ਦੱਸਿਆ ਮੈਨੂੰ, ਉਦੋਂ ਪਤਾ ਲੱਗਿਆ। ਨਮ੍ਰਿਤ ਦਾ ਜਦੋਂ ਮੰਨ ਲਓ ਆਖਰੀ ਸੰਸਕਾਰ ਸੀਗਾ, ਹੈ ਨਾ, ਤੁਸੀਂ ਉੱਥੇ ਪਹੁੰਚ ਵੀ ਨਹੀਂ ਪਾਏ, ਹੈ ਨਾ, ਉਹ ਟਾਈਮਾਂ ਦੇ ਵਿੱਚ, ਅਤੇ ਕੀ ਮੰਨ ਲਓ ਮਜਬੂਰੀਆਂ ਰਹੀਆਂ, ਕਿਉਂ ਤੁਸੀਂ ਉੱਥੇ ਨਹੀਂ ਜਾ ਸਕੇ? ਮੇਰੀ ਉਦੋਂ PR ਦੀ ਫਾਈਲ ਲੱਗੀ ਸੀਗੀ, ਹਲੇ PNP ਅਪਰੂਵ ਨਹੀਂ ਸੀ ਹੋਈ, ਮੇਰੇ ਕੋਲ ਵੀਜ਼ਾ ਨਹੀਂ ਸੀਗਾ ਇੰਡੀਆ ਜਾਣ ਦਾ, ਤਾਂ ਕਰਕੇ ਮੈਂ ਇੱਥੋਂ ਜਾਇਆ ਨਹੀਂ ਗਿਆ। ਉਹ ਕਿੱਦਾਂ ਫਿਰ ਮੰਨ ਲਓ ਕਿੰਨਾ ਫੀਲ ਹੁੰਦਾ ਹੁਣ ਸਾਰੀ ਉਮਰ? ਸਾਰੀ ਉਮਰ ਦਾ ਗਿਲਟ ਹੀ ਰਹਿ ਜਾਂਦਾ ਬੰਦੇ ਦੇ ਮਨ 'ਚ ਕਿ ਆਪਾਂ ਆਖਰੀ ਵਾਰ ਉਹਨੂੰ ਦੇਖ ਨਹੀਂ ਸਕੇ। ਚਾਹੇ ਮੈਂ ਉੱਥੇ ਜਾ ਕੇ ਉਹਨੂੰ ਜਿਉਂਦਾ ਨਹੀਂ ਸੀ ਕਰ ਸਕਦੀ, ਪਰ ਫਿਰ ਵੀ ਇੱਕ ਆਖਰੀ ਵਾਰ ਉਹਨੂੰ ਦੇਖ ਸਕਦੀ ਹਾਂ, ਉਹਦੇ ਨਾਲ ਆਖਰੀ ਯਾਦਾਂ ਇਕੱਠੀਆਂ ਕਰ ਸਕਦੀ ਸੀ, ਪਰ ਨਹੀਂ ਹੋ ਨਹੀਂ ਪਾਇਆ। ਪੰਜਾਬ ਦੇ ਹਰ ਇੱਕ ਨਾਮਵਰ, ਚਾਹੇ ਸਿੱਧੂ ਮੂਸੇਵਾਲਾ ਹੋਵੇ, ਚਾਹੇ ਦੀਪ ਸਿੱਧੂ, ਚਾਹੇ ਕਿਸਾਨ ਜੀ, ਉਹਨੇ ਹਰ ਵਾਰ ਮੰਨ ਲਓ ਨਵਰੀਤ ਨੂੰ ਯਾਦ ਕਰਦੇ ਆ। ਕੈਨੇਡਾ ਦੇ ਵਿੱਚ ਉਹਨੂੰ ਕਿੰਨਾ ਕੁ ਯਾਦ ਕੀਤਾ ਜਾਂਦਾ? ਇੱਥੇ ਵੀ ਜਿੰਨੇ ਕੁ ਲੋਕ ਫਾਰਮਰ ਪ੍ਰੋਟੈਸਟ ਦੇ ਨਾਲ ਜੁੜੇ ਸੀਗੇ, ਉਹਨਾਂ ਨੇ ਤਾਂ ਕਾਫੀ ਉਹਨੂੰ ਯਾਦ ਕੀਤਾ, ਬਟ ਸਟਿਲ ਮੈਨੂੰ ਲੱਗਦਾ ਕਿ ਜਿਸ ਲੈਵਲ ਤੱਕ ਇੰਡੀਆ ਲੋਕ ਇਸ ਚੀਜ਼ ਨਾਲ ਜੁੜੇ ਹੋਏ ਆ, ਇੱਥੇ ਉਹਨਾਂ ਨਹੀਂ ਹੈਗਾ। ਲੋਕ ਕਿਸੇ ਦੀ ਲਾਈਫ 'ਚ ਇੰਨਾ ਨਹੀਂ ਧਿਆਨ ਨਹੀਂ ਦਿੰਦੇ ਹੈਗੇ। ਜਦੋਂ ਮੰਨ ਲਓ ਆਪਾਂ ਗੱਲ ਕਰੀਏ, ਕਿਉਂਕਿ ਨਵਰੀਤ ਦੇ ਨਾਂ 'ਤੇ ਬਹੁਤ ਵੱਡੇ ਵੱਡੇ ਆਪਾਂ ਕਿ ਇਕੱਠ ਕੀਤੇ ਗਏ, ਹੈ ਨਾ, ਪਰਿਵਾਰ ਨੂੰ ਜਿਹੜਾ ਹੈਗਾ ਸਪੋਰਟ ਕਰਨ ਨਾਲ ਲੋਕ ਪਹੁੰਚੇ, ਕਿ ਅੱਜ ਤੁਹਾਡੇ ਨਾਲ ਮੰਨ ਲਓ ਤੁਹਾਡੇ ਪਰਿਵਾਰ ਨੂੰ ਕੋਈ ਸਪੋਰਟ ਕਰਦਾ, ਜਾਂ ਬਸ ਉਹ ਦਿਨਾਂ ਦੀਆਂ ਗੱਲਾਂ ਹੀ ਸੀਗੀਆਂ? ਬਸ ਉਦੋਂ ਤੱਕ ਹੀ ਸੀਗਾ, ਥੋੜ੍ਹਾ ਟਾਈਮ ਹੀ, 6 ਮਹੀਨੇ ਤੱਕ ਲੋਕ ਨੋ ਡਾਊਟ ਮਿਲਦੇ ਰਹੇ ਨੇ, ਸਪੋਰਟ ਵੀ ਕਰਦੇ ਰਹੇ ਨੇ, ਪਰ ਉਦੋਂ ਬਾਅਦ ਬਹੁਤ ਘੱਟ ਹੀ ਨੇ, ਤੁਹਾਡੇ ਆਪਣੇ ਹੀ ਰਹਿ ਜਾਂਦੇ, ਹੋਰ ਤੋਂ ਬਾਹਰੋਂ ਤਾਂ ਕੋਈ ਨਹੀਂ ਹੈਗਾ। ਅਤੇ ਅੱਜ ਦੇਖਿਆ ਜਾਵੇ, ਕਿਉਂਕਿ ਸ਼ਹੀਦ ਚਲੇ ਜਾਂਦੇ ਆ, ਹੈ ਨਾ, ਚਾਹੇ ਆਪਾਂ ਕੌਮ ਦੇ ਸ਼ਹੀਦ ਹੋਣ, ਚਾਹੇ ਦੇਸ਼ ਦੇ, ਚਾਹੇ ਆਪਾਂ ਗੱਲ ਕਿਸਾਨੀ ਸ਼ਹੀਦ ਹੋਇਆ, ਹੈ ਨਾ, ਪਰਿਵਾਰਾਂ ਨੂੰ ਜਿਹੜਾ ਹੈਗਾ ਸ਼ਹੀਦਾਂ ਦੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ? ਬਹੁਤ ਕੁਛ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ, ਨਿੱਤ ਤੁਸੀਂ ਉਹੀ ਚੀਜ਼ ਨੂੰ ਫੇਸ ਕਰਦੇ ਹੋ, ਤੁਹਾਡੇ ਘਰ ਦਾ ਇੱਕ ਜੀ ਜਾਂਦਾ ਆ, ਹੈ ਨਾ, ਜਿਹਦੇ 'ਤੇ ਤੁਸੀਂ ਪੂਰਾ ਡਿਪੈਂਡ ਹੁੰਦੇ ਆ ਕਹਿ ਸਕਦੇ ਹਾਂ, ਜਿਹਦੇ 'ਤੇ ਮਾਂ ਪਿਓ ਦਾ ਤੁਹਾਡਾ ਬੁਢਾਪਾ ਬਸਰ ਹੋਣਾ ਸੀਗਾ, ਕਾਫੀ ਕੁਛ ਫੇਸ ਕਰਨਾ ਪੈਂਦਾ ਆ। ਅਤੇ ਮਨ ਤਾਂ ਆਉਣ ਵਾਲੇ ਜਿਹੜਾ ਹੈਗਾ, ਕੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ, ਜਿਹੜੇ ਮੰਨ ਲਓ ਜਿਹੜਾ ਮੈਂ ਹੁਣ ਇਹ ਗੱਲ ਸਵਾਲ ਜਿਹੜਾ ਹੈਗਾ ਮੈਂ ਇੱਥੋਂ ਖੁਦ ਨਹੀਂ ਪੁੱਛਿਆ ਯਾਰ, ਵੀ ਕੀ ਕਹਿਣਾ ਚਾਹੋਗੇ, ਮੰਨ ਲਓ ਕਿਸਾਨਾਂ ਦੀਆਂ ਮੰਗਾਂ ਉੱਥੇ ਦੀਆਂ ਉੱਥੇ ਹੀ ਨੇ, ਲਗਾਤਾਰ ਜਿਹੜੇ ਕਿਸਾਨ ਲੜ ਰਹੇ ਆ, ਠੀਕ ਹੈ, ਅਤੇ ਇਹ ਇਹ ਸਾਰਾ ਕੁਝ ਦੇਖ ਕੇ ਵੀ ਮੰਨ ਲਓ ਆਪਾਂ ਕਹਿ ਲਈਏ 700 ਦੇ ਨੇੜੇ ਕਿਸਾਨ ਸ਼ਹੀਦ ਵੀ ਹੋਏ, ਤੁਹਾਡੇ ਪਰਿਵਾਰ ਦਾ ਜਿਹੜਾ ਹੈਗਾ ਆਪਾਂ ਕਹਿ ਗਏ ਸ਼੍ਰੋਮਣੀ ਸ਼ਹੀਦ ਨਵਰੀਤ ਹੋਇਆ, ਇਹ ਚੀਜ਼ਾਂ ਨੂੰ ਕਿੱਦਾਂ ਦੇਖਦੀ ਹੈ ਮੰਨ ਲਓ ਇੱਕ ਸ਼ਹੀਦ ਦੀ ਭੈਣ? ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ, ਆਪਾਂ ਨੂੰ ਇਕੱਠਿਆਂ ਹੋ ਕੇ ਚੱਲਣਾ ਚਾਹੀਦਾ ਹੈ, ਕਿ ਆਪਾਂ ਜਦੋਂ ਸਾਰੇ 10 ਲੋਕ ਇਕੱਠੇ ਹੋਵਾਂਗੇ ਤਾਂ ਆਪਣੀਆਂ ਮੰਗਾਂ ਵੀ ਸੁਣੀਆਂ ਜਾਣਗੀਆਂ, ਸਰਕਾਰਾਂ ਵੀ ਝੋਕੀ ਜਾਣਗੀਆਂ, ਜਦੋਂ ਸਾਰੇ ਪਤਾ ਹੈ ਕਿ ਸਾਰੀ ਆਪਣੀ ਕਮਿਊਨਿਟੀ ਸਾਰੀ ਇਕੱਠੇ ਆ, ਹੈ ਨਾ, ਨਾਲੇ ਇੱਕ ਦੂਜੇ ਨੂੰ ਸਪੋਰਟ ਕਰਨਾ ਚਾਹੀਦਾ ਹੈ ਤੁਹਾਨੂੰ। ਅਤੇ ਤੁਹਾਡੇ ਹੁਣ ਮੰਨ ਲਓ ਫਾਦਰ ਮਦਰ ਦਾ ਕੀ ਹਾਲ ਹੈ, ਠੀਕ ਨੇ? ਅਤੇ ਉਹ ਇੰਡੀਆ ਰਹਿੰਦੇ ਨੇ, ਤੁਹਾਡੇ ਨਾਲ ਰਹਿੰਦੇ ਨੇ? ਉਹ ਇੰਡੀਆ ਹੀ ਰਹਿੰਦੇ ਨੇ। ਅਤੇ ਤੁਸੀਂ ਇੱਥੇ ਰਹਿੰਦੇ? ਹਾਂਜੀ। ਮਤਲਬ ਇੱਕ ਤਰ੍ਹਾਂ ਦਾ ਪਰਿਵਾਰ ਜਿਹੜਾ ਹੈਗਾ ਵਿਛੋੜਾ ਹੀ ਆ, ਤੁਸੀਂ ਇੱਥੇ ਹੋ, ਉਹ ਉੱਥੇ ਨੇ, ਅਤੇ ਇੱਥੇ ਹੁਣ ਅੱਜ ਤੁਹਾਨੂੰ ਜਿਹੜਾ ਹੈਗਾ ਇੱਥੋਂ ਦੇ ਮੀਡੀਆ ਨੇ, ਜੇ ਗੱਲ ਕਰੀਏ ਪੰਜਾਬ ਦੇ ਵਿੱਚ ਕੋਈ ਮਾੜੀ ਜਿਹੀ ਘਟਨਾ ਵੀ ਹੁੰਦੀ ਤਾਂ ਉਹ ਸਾਰੇ ਦਾ ਸਾਰਾ ਪੋਤਲੇ ਫਰੋਲ ਦਿੰਦੇ ਆ, ਸਾਰਿਆਂ ਦੇ ਸਾਰੇ, ਤੁਹਾਡੀ ਕੋਈ ਵੀਡੀਓ ਨਹੀਂ ਆਈ, ਨਾ ਕੋਈ ਕਿਸੇ ਨਾਲ ਇੰਟਰਵਿਊ ਆਈ, ਕੀ ਗੱਲ ਤੁਸੀਂ ਇੰਟਰਵਿਊ ਦਿੱਤੇ ਨਹੀਂ ਜਾਂ ਤੁਹਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ?
ਕੋਈ ਪਹੁੰਚਿਆ ਹੀ ਨਹੀਂ, ਕੋਈ ਪਹੁੰਚਿਆ ਨਹੀਂ। ਜੇ ਇੰਨੇ ਰੇਡੀਓ ਚੈਨਲ ਚੱਲਦੇ ਆ ਕੈਨੇਡਾ ਦੇ ਵਿੱਚ ਜਾਂ ਇੰਨੇ ਟੀ ਵੀ ਚੈਨਲ ਚੱਲਦੇ ਜਿਹੜੇ ਪੰਜਾਬ ਦੇ ਨਾਲ, ਅਤੇ ਉਹਨਾਂ ਨੇ ਕਦੇ ਨਹੀਂ ਪੜਚੋਲ ਕੀਤੀ ਕਿ ਜਿਹੜਾ ਹੈਗਾ ਨਵਰੀਤ ਦੀ ਭੈਣ ਇੱਥੇ ਰਹਿੰਦੀ ਆ ਉਹਦੇ ਤੱਕ ਗੱਲਬਾਤ ਉਹਨੇ ਪਹੁੰਚਾਈ ਜਾਵੇ? ਨਹੀਂ ਕੀਤੀ। ਸੋ ਆਖਰ ਦੇ ਵਿੱਚ ਜਿਹੜਾ ਹੈਗਾ ਕੀ ਮੰਨ ਲਓ ਅੱਗੇ ਜ਼ਿੰਦਗੀ ਦਾ ਪਲਾਨ ਕੀ ਆ, ਤੁਸੀਂ ਇੱਥੇ ਜਿਹੜਾ ਹੈਗਾ ਰਹਿਣਾ ਪਸੰਦ ਕਰੋਗੇ, ਇੰਡੀਆ ਰਹਿਣਾ ਪਸੰਦ ਕਰੋਗੇ, ਜਾਂ ਹਜੇ ਕੋਈ ਫਿਊਚਰ ਪਲਾਨ ਨਹੀਂ ਆ ਕੀ ਆ? ਮੰਮੀ ਪਾਪਾ 'ਤੇ ਡਿਪੈਂਡ ਕਰਦਾ, ਜਿੱਥੇ ਉਹਨਾਂ ਨੂੰ ਠੀਕ ਲੱਗਦਾ, ਜੋ ਚਾਹੁੰਦੇ ਆ ਕਿ ਇੰਡੀਆ ਹੀ ਹਲੇ ਰਹਿਣਾ ਆ ਤਾਂ ਸ਼ਾਇਦ ਇੰਡੀਆ ਹੀ ਮੂਵ ਹੋ ਜਾਈਏ, ਨਹੀਂ ਫਿਲਹਾਲ ਇੱਥੋਂ ਦਾ ਹੀ ਪਲੈਨਿੰਗ ਆ ਕਿ ਹਾਂ ਹੁਣ ਇੱਥੇ ਇੰਨੇ ਸਾਲ ਇਸ ਕੰਟਰੀ ਨੂੰ ਦਿੱਤੇ ਆ ਤਾਂ ਆਪਾਂ ਇੱਥੇ ਹੀ ਟਰਾਈ ਕਰੀਏ ਕਿ ਮੰਮੀ ਪਾਪਾ ਨੂੰ ਮੈਂ ਇੱਥੇ ਲੈ ਕੇ ਆਵਾਂ ਤਾਂ ਕਿ ਇੱਥੋਂ ਦੇ ਮਾਹੌਲ ਦੇ ਵਿੱਚ ਥੋੜ੍ਹਾ ਆਪਣਾ ਗਮ ਤਾਂ ਨਹੀਂ ਭੁੱਲਦੇ ਪਰ ਸਟਿਲ ਆਪਣੇ ਆਪ ਨੂੰ ਥੋੜ੍ਹਾ ਜਿਹਾ ਮੂਵ ਔਨ ਕਰ ਪਾਉਣ। ਤੁਹਾਡੇ ਜਿਹੜਾ ਹੈਗਾ ਆਪਾਂ ਕਿ ਗੁੱਟ 'ਤੇ ਵੀ ਭਰਾ ਦਾ ਜਿਹੜਾ ਹੈਗਾ ਨਾਮ ਛਪਾਇਆ ਹੋਇਆ ਹੈ ਨਾ, ਉਹ ਸਾਰੀਆਂ ਚੀਜ਼ਾਂ ਇਹ ਮੰਨ ਲਓ ਜਿਹੜਾ ਹੈਗਾ ਇੱਕ ਭੈਣ ਦੇ ਤੌਰ 'ਤੇ ਇੱਕ ਭਰਾ ਜਿਹੜੇ ਕਿਉਂਕਿ ਬਹੁਤ ਜ਼ਿਆਦਾ ਹੋਰ ਵੀ ਲੋਕ ਭਾਵੁਕ ਹੁੰਦੇ ਆ ਹੈ ਨਾ, ਕਹਿੰਦੇ ਨੇ ਅੱਗੇ ਪ੍ਰੋਟੈਸਟ 'ਚ ਜਾਣਾ ਜਾਂ ਕੀ ਵੀ ਕਰਨਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ? ਮੈਂ ਬਸ ਇਹੀ ਕਹੂੰਗੀ ਕਿ ਸਾਰੇ ਜਣੇ ਤੁਸੀਂ ਰਲ ਕੇ ਚੱਲੋ ਅਤੇ ਸ਼ਾਇਦ ਆਪਾਂ ਹਰ ਇੱਕ ਚੀਜ਼ 'ਚ ਫਤਿਹ ਪਾ ਸਕਾਂਗੇ। ਤੁਸੀਂ ਸਮਝ ਤਾਂ ਬਹੁਤ ਪਤਾ।